कोशिश न करे एक पता होवे बंदा हक ते मर रहे सी हक न खावा दे सी बंदा मौके ते मौजूद है हक न खावा दे सी शेर पड़ा तो हा न ठर वने एहसास की अखीर पे बैठा हुसैन है हर मसना दे समीर पे बैठा हुसैन है कोई यजीद इसको करे पार किस तरह इस्लाम की लकीर पे बैठा हुसैन हाय हाय मिल गए जिंदाबाद जिंदाबाद सुनो अच्छा एहसास की अखीर पे बैठा हुसैन है हर मसनद ज़मीर पे बैठा हुसैन है कोई यजीद इसको करे पा ऐसी जुल्म दी नगरी है शाम को शाम दे बाजार इच मेरे इमाम दे परदादार जख्मी था है उलमा दे सुनने में बैठे हो जुमले औखे मेरे जहन ते आ गए मैं पढ़ता जरूर हाँ दो त्रै साल हो गए जदे शाम वेंदे ना हालात दी वजह तो साकू बाजार नाल दरबार इच नहीं गिन वेंदे गलियां ते कूचा दे रस्ते गली च पे वेंदे असे मैं सदे मौला दे जवारा को मैं कि असा पाकिस्तान च मजलसा पढ़नियां असा शाम दा हाल देवणे देखा मेरे नाल पासे नाल रल के टूर असा दो बंदे टूर सकदे आए मैं को मिंबर दी कसम है दो बंदे रल के नासे टूर सकदे पता नहीं अली दिया धिया इथा दुनिया की में है बाजार अबूर करके गलिया कूचे अबूर करके पता नहीं जिंदिया की में रही है ओ मैं सदक थी वहां आ गई अन शाम दे नूर महली च अदब ददम नहीं छोड़ना ओ नूर महल दी छत कोई नहीं छत कोई नहीं चाचा जी जेड़े सुनदे हो ना जो 22 साल इत बुढ़ा थी गई आई ज़ईफी आ गई है यूं ज़ईफी दी वजह पे ना से ना 22 साल इत बुढ़ा थी आ की वे एक भेड़ की ते अनसन सवाल ते भेड़ हो आई
ਜਿਹੜੀ ਆਪਣੇ ਹਿੱਸੇ ਵਾਲਾ ਪਾਣੀ ਭਰਾ ਦੇ ਜ਼ੰਜੀਰਾਂ ਤੇ ਛਿੜਕੈਂਦੀ ਭਰਾ ਦੇ ਕੰਡੇ ਕੱਢਦੀ ਆਈ। ਬਾਬੇ ਖੁਦਾ ਬਾਦਸ਼ਾਹ ਉਹਨਾਂ ਦੇ ਦਰਜਾਤ ਬੁਲੰਦ ਹੋਏ, ਉਹਨੇ ਇੱਕ ਜੁਮਲਾ ਸੁਣਾਇਆ ਜੀ। ਉਹਨਾਂ ਫਰਮਾਇਆ ਕਿ ਮੈਂ ਸ਼ਾਗਿਰਦੇਸ ਪੜ੍ਹਨਾਈ ਕਿਬਲਾ ਜਾਲਾ ਸਾਹਿਬ ਹੋਣੀ ਪਹਿਲੇ ਪੜ੍ਹਦੇ ਪਏ ਨੇ, ਮੈਂ ਬਾਅਦ ਵਿੱਚ ਪੜ੍ਹਨਾਈ। ਉਹਨੇ ਇੱਕ ਜੁਮਲਾ ਪੜ੍ਹਾਈ, ਜਵਾਨਾਂ ਟੱਕਰਾ ਮਾਰੀਆਂ ਹਨ। ਕਿਬਲਾ ਜਾਲਾ ਸਾਹਿਬ ਹੋਣੀ ਫਰਮਾਇਆ ਆਈ ਭਿਰਾ ਦੇ ਕੰਢੇ ਕੱਢਦੀ ਆਈ। ਉਹਨਾਂ ਤਾਂ ਪੜ੍ਹ ਛੋਲੇ ਕੰਢੇ ਕੱਢਦੀ ਆਈ। ਸੈਯਦ ਬਜ਼ੁਰਗ ਉੱਠੇ, ਓਕੇ ਕਿਬਲਾ ਜੀ ਅਸਾਂ ਤਾਂ ਸੁਣਿਆ ਉਹਨਾਂ ਦੇ ਹੱਥ ਬੱਧੇ ਹੋਏ ਹਨ, ਤੁਸੀਂ ਫਰਮਾ ਰਹੇ ਹੋ ਕੰਢੇ ਕੱਢਦੀ ਆਈ। ਖੋਲ ਕੇ ਰਿਵਾਇਤ ਸੁਣਾਓ, ਕੰਢੇ ਕੱਢਦੀ ਕਿਵੇਂ ਆਈ? ਜੈ ਵੇਲੇ ਬਾਬਾ ਖਿਦਰ ਸ਼ਾਹ ਜੀ ਉਹਨਾਂ ਰਿਵਾਇਤ ਪੜ੍ਹੀ, ਜਵਾਨਾਂ ਟੱਕਰਾ ਮਾਰੀਆਂ, ਉਹ ਫਰਮਾਇਆ ਭਿਰਾ ਦੇ ਪੈਰ ਦੇ ਮੂੰਹ ਘਿਰਵਾਇਆ, ਪਹਿਲੇ ਤਲੀਆਂ ਚੁੰਮਿਆ ਵੱਲ ਮੂੰਹ ਨਾਲ ਕੰਢੇ ਕੱਢਿਆ, ਆਖਿਆ ਲੋ ਤੇ ਜੋ ਕੋਈ ਨੀ ਦੁਰਾ ਦੇਦਾ ਮੇਰਾ ਕਹਿ ਦੀਵੀ ਸਲਾਹ ਹੈ ਕਬੂਲ ਹੋਵੇ, ਸਲਾਹ ਮਾਤਮ ਕਬੂਲ ਹੋਵੇ ਵੀਰੋ। ਇਹ ਮੈਂ ਅਦਬ ਦਿਖਣਾ, ਮੈਂ ਕੋ ਮਾਫ ਕਰਾ, ਇਹ ਮੇਰਾ ਜੁਮਲਾ ਨਹੀਂ। ਮੌਲਾਨਾ ਮੁਫਤੀ ਅਖਤਰ ਹੁਸੈਨ ਉਹ ਮੇਰੇ ਕੋਲ ਪਹਿਲੇ ਇੱਕ ਮਕਾਮ ਤੇ ਪੜ੍ਹਦੇ ਪਏ, ਉਹਨਾਂ ਜੁਮਲਾ ਪੜ੍ਹਾਈ ਦਿਲ ਕਰੇ ਤਾਂ ਬੰਦਾ ਮਰ ਵੰਜਿਆ। ਬਾਬਾ ਜੀ ਜੁਮਲਾ ਸੁਣਾਵਾ, ਉਹਨਾਂ ਪੜ੍ਹਿਆ ਹੁਸੈਨ ਦੀ ਉਹ ਮਜ਼ਲੂਮਾ ਧੀਏ, ਇਹ ਹੁਸੈਨ ਦੀ ਉਹ ਗਰੀਬ ਧੀਏ, ਇਹ ਹੁਸੈਨ ਦੀ ਉਹ ਬੇਕਸ ਧੀਏ, ਜੇ ਕੋ ਹਰ ਮੰਜ਼ਲ ਤੇ ਪਿਓ ਦੇ ਕਾਤਲ ਮਾਰੇ, ਅਗਲਾ ਦੁੱਖਾ ਜੁਮਲਾ ਸੁਣਾਵਾ, ਬਿਸਮਿਲਾ ਬਿਸਮਿਲਾ, ਜੇ ਕੋ ਹਰ ਮੰਜ਼ਲ ਤੇ ਪਿਓ ਦੇ ਕਾਤਲ ਮਾਰੇ, ਅਗਲਾ ਜੁਮਲਾ ਉਹ ਫਰਮਾ ਰਹੇ ਜਦੋਂ ਸ਼ਿਮਰ ਕੁੱਤਾ ਇਵੇਂ ਮਾਰਨ ਵਾਸਤੇ ਹੱਥ ਚਾਹੀਦਾ, ਸਜਾਦ ਅੱਖਾਂ ਬੰਦ ਚਾ ਕਰਿਆ, ਤੇ ਕਿਤੇ ਕਿਤੇ ਭੇਡ ਪੁੱਛਦੀ ਆਈ ਸਜਾਦ, ਜਿਹੜਾ ਮੈਂ ਕੋਈ ਸ਼ਿਮਰ ਬਣਿਆ ਦੇ ਅੱਖ ਬੰਦ ਕਿਉਂ ਕਰੇ, ਗਰੀਬਾਂ ਦੇ ਮੱਤ ਮੈਂ ਕੋਈ ਬਾਬਾ ਆਖੇ ਤੂੰ ਹੀ ਦੇ ਦਾਰੀ ਹੈ, ਉਹ ਮੇਰੀ ਧੀ ਬੜੀ ਦੀ ਰਹੀ ਹੈ ਤੂੰ ਹੀ ਦੇ ਦਾਰੀ ਅੱਲਾ ਦਾ ਸ਼ਬਰ। ਸ਼ਾਮ ਦੇ ਜ਼ਿੰਦਾਨ ਵਿੱਚ ਬਿਰਾਲ ਤੇ ਕੀਤੇ ਅਨਸ ਤਰੇ ਚਾਰ ਸਵਾਲ, ਸਵਾਲਾਂ ਦਾ ਜਵਾਬ ਤਾਂ ਗਰੀਬ ਦਿੱਤੇ ਤੇ ਆ ਜ਼ਈਫੀ ਗਈ। ਸਵਾਲ ਕਿਹੜੇ? ਉਲਮਾ ਦੀ ਨਗਰੀ 'ਚ ਖੜਾ ਪੜ੍ਹਦਾ, ਹਰ ਵੇਲੇ ਉਲਮਾ ਤੋਂ ਇਹ ਜੁਮਲੇ ਸੁਣਦੇ ਹੋ, ਉੱਤੋਂ ਜ਼ਿੰਦਾਨ ਦੇ ਗੁਜ਼ਰਦੇ ਹਨ ਪਰਿੰਦੇ, ਪੱਖੀਆਂ ਕੋ ਉੱਡਦਾ ਦੇਖਿਆ ਨਾ, ਆ ਬਾਬਿਆ ਇਮਾਮ ਬਿਰਾ ਦੇ ਕੋਲ ਤੇ ਪੱਖੀਆਂ ਤੋਂ ਦੇਖ ਕੇ ਆਖਿਆ ਸਜਾ ਤੇ ਪੱਖੀ ਕਿਹਨੂੰ ਪਾਵੇ, ਇਮਾਮ ਫਰਮਾਵੇ ਨਾ ਇਹ ਆਪਣੀ ਰੋਜ਼ੀ ਦੀ ਤਲਾਸ਼ ਜਾ ਰਹੇ। ਜੈ ਵੇਲੇ ਨਮਾਇਸ਼ਾਂ ਥੀ ਵਿਆ ਤੇ ਪੱਖੀ ਆਸ਼ਿਆਨਾ ਤੋਂ ਵੱਲੇ ਨਾ ਵੱਤ ਬਿਰਾ ਦੇ ਕੋਲ ਆ ਬਾਵਿਆ, ਪੱਖੀਆਂ ਤੋਂ ਦੇਖ ਕੇ ਆਖਿਆ ਆਬਿਦ ਵੀਰ ਇਹ ਪੱਖੀ ਹੁਣ ਕਿਹਨੂੰ ਪਾਵੇ ਨੇ, ਇਮਾਮ ਫਰਮਾਵੇ ਨਾ ਆਪਣੇ ਆਪਣੇ ਘਰਾਂ ਤੋਂ ਵੱਲੇ ਵੇ, ਉਹ ਵੇਲੇ ਰੋ ਕੇ ਆਖਿਆ ਇਹਨਾਂ ਦੇ ਹੀ ਘਰ ਹੋਣੇ ਨਾ, ਇਹਨਾਂ ਕੋ ਘਰ ਵੰਡਣ ਤੋਂ ਰੁਕੇਦਾ ਕੋਈ ਨਹੀਂ। ਗਰੀਬ ਬਿਸਮਿਲਾ, ਗਰੀਬ ਦੇ ਕੌਣ ਰੋਕੇ, ਇਹ ਕੋਈ ਕਹਿੰਦੇ ਕਹਿੰਦੀ ਹੈ ਬਿਰਾ ਤੋਂ ਤੁਰ ਤੁਰ ਦੇ ਕੇ ਆਦੀ ਹੈ ਕਹਿੰਦੀ ਘਰਾਂ ਤੋਂ ਨਹੀਂ ਵੱਲ ਵੈਂਦੇ। ਇਮਾਮ ਫਰਮਾਇਆ ਹਰ ਕਾਇਮ ਵੱਲ ਵੈਣਾ ਸ਼ਾਇਦ ਤਾਈਂ ਤਾਈਂ ਸ਼ਾਦ ਲਾਉਣਾ, ਉਹ ਮੈਂ ਸਦਕਾ ਥੀ ਮਾਂ ਨੂਝੇ ਨਹੀਂ ਆ ਬੈਠੀ ਆਬਿਦ ਵੀਰ ਜੀ ਉਹ ਮੇਰੀ ਮੌਸਨਾ, ਉਹ ਜਿਹੜੀਆਂ ਲਾਸ਼ਾਂ ਬੇ ਕਫਨ ਛੋੜ ਆਇਆ ਸੀ ਉਹਨਾਂ ਕੋ ਕਹਿ ਕਫਨ ਪਵਾ ਕੇ ਦਫਨ ਕੀਤਾ ਹੋ ਸੀ, ਗਰੀਬਾਂ ਦੇ ਦਫਨ ਹੋ ਗਏ, ਵਕ ਪੁੱਛਸ ਅਲੀ ਅਸਗਰ ਦੀ ਕਬਰ ਹੀ ਬਣ ਗਈ ਹੋ ਸੀ, ਗਰੀਬਾਂ ਦੇ ਬਾਬੇ ਦੇ ਸੀਨੇ ਤੇ ਸੁੱਤਾ ਹੋਏ। ਸ਼ਿਆ ਮਿਆਣੀ ਵਾਲੇ ਉੱਤਰੀ ਜਿਹੜੀ ਏਡਾ ਔਖਾ ਸਵਾਲ ਕੀਤੇ, ਜੇ ਤਈ ਜੀਂਦਾ ਰਹੇ ਇਹ ਗੁਰਬਤ ਯਾਦ ਕਰਕੇ ਰੋਂਦਾ ਹੀ। ਹੁਣ ਕਹਿ ਕੋ ਅਗਰ ਮਜਲਸੀ 'ਚ ਰੋਵਣ ਨਾ ਹੀ ਆਵੇ ਤਾਂ ਹੁਣ ਮਹੀਨਾ ਹਾਰਦਾ ਹੈ, ਜਿਹੜੀ ਬਦਲ ਬਾਰਿਸ਼ ਨਾ ਹੋਵੇ
तो सा एक मिनट दुपारा को मकान जवान खड़ा है जैनी छत ना हो कोई जवान बुजुर्ग दो चार मिनट तो ज्यादा कोई खा नहीं सकता। एक नी नी चढ़े दीवार दे साए मुकन नी आए दुपारा ते पिछा में खत्म थी गए हवा रुक गई है बेआब मछली आगो तड़पदी आई सज्जाद दी झोली जा बैठी है तुर तुर के भिरा दे मुंह तो देख आ दिए शाम इच हवा नहीं घुलनी गरीब आदे हवा घुलनी है जिथा असा है उथा लगनी अल्लाहान 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 बिस्मिल्लाह जित असा है उथा लगनी नहीं आदि कला तो मुल्क ते वणुआ जिथा ठंडी हवा लगे सजाद शाम दी गर्मी मेरा जिगर कबाब हो गए गरीब रोकिया दे दे औखे सवाल भिरा ते नकी ते कर भिरा मर वैसिया इकली भिरा को आ दिए आबिद वीर अज मैं को नींद रही है अज मैं को उवे समझने जिवे बाबा समझदा है मेरे इमाम कितना देर कर दी जिता बैठा है उठा ही सब गए मेरा दे सीने ते में सुती है जिवे पियो दे सीने ते सब दिए ते वस दे वेले दिया गल्ला करन लग गई अशिया मियानी आले वो शाला वसदा रसदा कोई ना उजड़े बिराद मुंह दो तुर तुर के देख आ दिए सजा दो सकी में सोने वस्ते आले मैं को बाबा जगदा मेरे नाल बाबा प्यार करे भाई सजा दो सही में उजड़ गए मैं को बाबा ही नहीं लगदा सजा दो सब मिटिया ते वते सब दे आया सही एदे करीब हो गए तो सब मेरी जुबान सुन के रो पायो ते जे भेड़ दी जुबान सुने ओ नरुणा सी बबलू ने बाकर दा बाबा मैं सत कहती हूं तई जो नींद रही है ना आला में ख्वाब इच बाबे दी होई है जियारत गरीब आदे बहु नरुणी कर आदि बाबा शाम दी गर्मी खा गई है गरीब आदे अगर थक पई है तो मैं कल तक उखी ना रहा इवे तड़प के उठी है बाबा बाबा की दे तो मेरा जख्मी बाबा ओ मेरा अल्लाह रासी बाबा आलिया सहेड़ा दिए खाब निठा सिया बाबा तो करबला को ही दा ने देखई अभी होने जिंदा निच बाबा है बाबा मैं कुछ चेंदा ही बाबा मेरे नल प्यार करें दाई बाबे मैं को आगे जे शाम दी गर्मी तो थक पाई तो मैं कल तक उगीन वाजू आदि अम्मा बाबा आ गया तो मैं बाबे ना लगी वैसा मेरी आलिया सैन आदि आ सजा सरा भेण दा खाम सुनला जनाब सजाद को नशे सोने बाबा है मैं को आदाई कल घिन वैसा अल्लाह लासी फुफिया तो ने क्या दे जेरी गल करनी ने आज कर घिनो लगदा ही वे सारी संगत सुने दी है मेरे बाबे दी मातमदार सकु उजड़े अल्लाह अकबर अल्लाह अकबर अल्लाह अकबर मौला गवाए कितनी बड़ी रूहानियत है मजलिस पाके मैं जोर तक खड़ा पढ़ना मौला गवाए मैं पढ़ भी ना सकता है जुमले मालिक पुरसा कबूल फरमाए अल्लाह बाबे मुझे बच्चा दी जिंदगी दराज करे बाबा बाबा करके रुनी ना नेड़े लावा डूबैन सुनावा ते भाई को मिंबर देवा बाबा बाबा करके रुनी ना ते शाम दियां दीवारा हलियन हाके में शाम सिपाया तो पूछे कि दीवारा हल दिया पीन जलजला है वो आखे नहीं जिंदा नीचे ही बच्ची रोनी है जेंदे वैन आयन ते दीवारा हलन लगे ए अदन सजो सदो हुसैन दे पुत्र जनाब सैयद साजदीन हैं ए कमीना दे जिंदा नीच कौन रोंदी है सैयद आदे मेरी को ही करोंदी है जैदा 18 साल ना मरा यो ही रोंदी है
ਜਿੰਦਾ 13 ਸਾਲਾਂ ਦਾ ਮਰਾਈ ਹੋ ਹੀ ਰੋਂਦੀ ਹੈ ਇਹ ਆਦੇ ਦੀਵਾਰਾਂ ਹਿੱਕ ਦੇ ਰੋਵਣ ਨਾਲ ਹਲਦੀ ਹੈ ਸਿਆ ਦਾਦੇ ਸੱਤ ਪੁੱਛੇ ਮੇਰੀ 4 ਸਾਲਾਂ ਦੀ ਮੋਸਾ ਦਾ ਭੇੜ ਹੈ ਆਦੇ 4 ਸਾਲਾਂ ਦੀ ਬੱਚੀ ਜਾਂ ਬੱਚਾ ਕਹਿੰਦੇ ਇਹਸਾਨ ਕਰ ਸਕਦਾ ਹੈ ਤੁਹਾਡੀ ਕਿਵੇਂ ਮੋਸਾ ਹੈ ਇਮਾਮ ਫਰਮਾਉਂਦਾ ਨਾ ਉਹਦੇ ਏਡੇ ਇਹਸਾਨ ਇਨ ਅੱਜ ਮਰ ਵੰਗੇ ਤੇ ਮੈਂ ਕਿਆਮਤ ਤੱਕ ਅਗਰ ਜੀਦਾ ਰਹਾਂ ਉਹਦੀ ਕਬਰ ਤੇ ਖੂਨ ਰੋਵਾ ਇੱਕ ਇਹਸਾਨ ਦਾ ਬਦਲਾ ਹੀ ਨਹੀਂ ਇਹੋ ਇਹਸਾਨ ਨਹੀਂ ਲਾਂਦਾ ਨੁਪਾਰਾ ਕੋ ਪੀਦੀ ਨਹੀਂ ਮੈਂ ਖਵਾਦੀ ਹੱਥ ਵਧਾ ਆਪਣੇ ਹਿੱਸੇ ਵਾਲਾ ਪਾਣੀ ਜ਼ਜੀਲਾ ਤੇ ਛੜਕਾ ਕੇ ਆ ਦੀਏ ਕਰੀਆਂ ਡਾਢੀਆਂ ਗਰਮ ਹੋ ਗਏ ਅੱਲਾਹ ਅਕਬਰ ਅੱਲਾਹ ਅਕਬਰ ਅੱਲਾਹ ਅਕਬਰ ਬਾਬੇ ਦਾ ਸਰ ਮਿਲਾ ਬਾਬੇ ਦਾ ਸਰ ਮਿਲਾ ਗਰੀਬ ਜ਼ਿੰਦਾ ਨਹੀਂ ਚਾਇਆ ਸ਼ਬੀਰ ਦੇ ਸਰ ਤੇ ਦੀਦ ਪਈ ਤੇ ਬੀਬੀਆਂ ਮਾਤਮ ਕੀਤਾ ਹੈ ਪੱਥਰਾਂ ਦਾ ਮਾਤਮ ਦੀਵਾਰਾਂ ਨਾਲ ਟਕਰਾ ਉਵੇਂ ਮਾਤਮ ਹੋਏ ਜਿਵੇਂ ਅਲੀ ਅਕਬਰ ਦੀ ਲਾਸ਼ ਤੇ ਹੋਇਆ ਹੈ ਕਿਬਲਾ ਅਲਾਮਾ ਗੁਲਾਮ ਅਦਰ ਕੱਲੂ ਸਾਹਿਬ ਹੁਣੀ ਪੜ੍ਹਦੇ ਆਉਂਦੇ ਹਨ ਅਲੀ ਅਕਬਰ ਦੀ ਲਾਸ਼ ਤੇ ਬੀਬੀਆਂ ਸਾਰੀ ਪੱਥਰ ਮਾਰੇ ਤੇ ਨਾ ਹੁਸੈਨ ਦਾ ਕੱਟਾ ਹੋਇਆ ਸਾਰੇ ਬੀਬੀਆਂ ਦੀਵਾਰਾਂ ਨਾਲ ਟਕਰਾ ਮਾਰੀਆਂ ਬੀਬੀਆਂ ਜ਼ਖਮੀ ਹੋਈਆਂ ਕੋਈ ਆਦੀ ਅਕਬਰ ਦੀ ਪਰਚਾਵਣੀ ਕੋਈ ਆਦੀ ਤੇਰੇ ਭਜਦੇ ਘੋੜੇ ਤੋਂ ਲਾਣ ਦੇ ਬਾਹੋਂ ਅਲਮਾਨ ਗਰੀਬਾਂ ਦੇ ਅੰਮਾ ਮੇਰੀ ਭੇਣ ਕਿੱਥੇ ਬੀਬੀ ਆਦੀ ਉਹ ਜ਼ਿੰਦਾਨ ਦੇ ਕੋਨੇ 'ਚ ਰੋ ਰੋ ਕੇ ਸੁੱਤੀ ਹੈ ਗਰੀਬਾਂ ਦੇ ਜਗਾਓ ਕੋ ਬਾਬਾ ਮਿਲਣ ਹੈ ਜਿਵੇਂ ਸਿਰਾਂ ਦੀ ਮਦਾ ਇਮਾਮ ਬਹਿ ਗਏ ਮੁੰਡਾ ਇਲਾਕਿਆਂ ਦੇ ਮਾਸੂਮਾ ਮਾਸੂਮਾ ਜਾਗੋ ਨਾ ਬਾਬਾ ਮਿਲਣ ਆਇਆ ਹੈ ਬਾਬੇ ਦਾ ਲਫ਼ਜ਼ ਆਏ ਤੇ ਤੜਪ ਕੇ ਉੱਠੀ ਹੈ ਡਿੱਠੇ ਤਾਂ ਬਾਬੇ ਦਾ ਕੱਟ ਹੋਇਆ ਸਾਰਾ ਹੀ ਵੱਧ ਛੋਲੀ ਚਾ ਬਣਾਈ ਹੈ ਸਰ ਆਦੀ ਹੈ ਮੇਰੇ ਬਾਬੇ ਦਾ ਸਰ ਮੇਰੀ ਝੋਲੀ 'ਚ ਰੱਖੋ ਪਿਓ ਦਾ ਸਰ ਝੋਲੀ ਸੱਜੇ ਦੀਆਂ ਜ਼ੁਲਫਾਂ ਖੱਬੇ ਖੱਬੇ ਦੀਆਂ ਸੱਜੇ ਪਿਓ ਦਾ ਮੂੰਹ ਚੁੰਮ ਕੇ ਬੈਠੀ ਆਦੀ ਬਾਬਾ ਬਾਬਾ ਅਸਾਂ ਵੱਡੇ ਦੁੱਖ ਦਿੱਤੇ ਬਾਬਾ ਤੁਹਾਡੇ ਬਾਅਦ ਸਗੋਂ ਬਹੁ ਮਰੇ ਨੇ ਬਾਬਾ ਸਗੋਂ ਤਰੇ ਤਰੇ ਦਿਹਾੜੇ ਪਾਣੀ ਨਹੀਂ ਦੇਂਦੇ ਇੱਕ ਵਾਰ ਇਹੋ ਜਿਹਾ ਕੀਤਾ ਉਹਦੇ ਬਾਅਦ ਵੱਤ ਬੋਲੀ ਨਹੀਂ ਜਿਤਵਾ ਵਹਿਣੀ ਹੈ ਆਖਰੀਆ ਆਦੀ ਬਾਬਾ ਅੱਖੀ ਬਾਲ ਨਾ ਮੈਂ ਬੁੱਢੜੀ ਥੀ ਗਈ ਆ ਬਾਬਾ ਅੱਖੀ ਬਾਲ ਮੈਂ ਸਹਾਰੇ ਦੇ ਬਗੈਰ ਤੁਰ ਨਾ ਸਕਦੀ ਬਾਬਾ ਅੱਖੀ ਬਾਲ ਮੇਰੀ ਬਿਨਾਈ ਕਮਜ਼ੋਰ ਹੋ ਗਈ ਹੈ ਇਹੋ ਵਹਿਣਾ ਹੀ ਮੇਰੀ ਸਹਿਣ ਸਭ ਗਈ ਹੈ ਆਲੀਆ ਸਹਿਣ ਹੱਥ ਲਾਏ ਕਾਲੋ ਇੰਨਾ ਲਿਲਾਹ ਵਾ ਇੰਨਾ ਇਲਾਹ ਰਾਜਿਉਨ ਬੀਬੀ ਆਦੀ ਸਜਾਦ ਜਲਦੀ ਆ ਬਾਬੇ ਦੀ ਮਾਤਮਦਾਰ ਮਰ ਗਈ ਹੈ ਸਿਰਾਂ ਦੀ ਆ ਬੈਠੇ ਇਮਾਮ ਬੈਠਾ ਧੂੜ ਪੁੱਛੇ ਦਏ ਚਿਹਰੇ ਤੋਂ ਚੁੰਮੀ ਫੈਲ ਦਿਸ਼ਾ ਪੈਸ਼ਾਨੀ ਬੈਠਾ ਧੂੜ ਪੁੱਛੇ ਚਲ ਬਈ ਚਲ ਬਈ ਬਿਸਮਿਲਲਾ ਜਵਾਨੀ ਨਾਲੇ ਬੈਠਾ ਧੂੜ ਪੁੱਛੇ ਉੱਥੇ ਦਫਨਾ ਨਾ ਸਕਿਆ ਰਸ ਜ਼ਿੰਦਗੀ ਭਰ ਅਰਮਾਨ ਆਦੀ ਹਾਂ ਮੈਂ ਦਸ ਖਾ ਗਈ ਇਹ ਦੁੱਖ ਕਿਸਮਤ ਵਿੱਚ ਹਾਨੀ ਹਾਏ ਹਾਏ ਅਜੇ ਤ੍ਰੀਜਾ ਦੀ ਭੈਣ ਪਿਆਰੀ ਦੁੱਖ ਕਿਸਮਤ ਵਿੱਚ ਹਾਨੀ ਹਾਏ ਹਾਏ ਅਗੇ ਤ੍ਰੀਜਾ ਦੀ ਹੇ ਭੈਣ
औखा वाए काफी पढ़ी खाना जी बाबा जी बाबा जी बाबा बैठा धूल पुजे दाए चेरे तू चुमी भैन निशा पैशानी बैठा धूल पुजे दाए चेरे तू चुमी खड़बई खड़बई मिल गया हुसोल मैले चोले दा कफान हाथ करिया आले हाथा ते जी बाबा यो पढ़ा ओ बैठा धूल पुझे तेरे चुमी भैन दिशा पैसा तक वतन उते दफना ना सकिया लाशा जिंदगी अरमा नेता दिया बेटा सखा गई ये दुख किस्मत जहानी है आज त्रिजादी हे भैन प्यारी निवी वीर तुमंगी या भार कैदर भैन द मैया थत्था ते चाहेस थत्था नहीं मैं बैंड पढ़दा की नहीं आ एक गरीबाला कब्रिस्तान मैं पढ़ता तो हाले खाना मजर भिरा मेरा जेन उठाइए किमला आगा अली हुसैन पे पढ़ते कोई शख्स है जेड़ा कबर वदा बने सैयदा दे कैदी कबर आदे मौला मैं जाफर आ तुहाडी बहन दी कबर कबर बन बना जना में सजा कबर दी मनते आयन आदे बाबा जी ने जाफर को भेज अकबर को भेज मेरे नाल भेड़ दफनावे दू हाथ पहरायन मैं खुदे मैं अकबर इवे मैयत वधा के आधे ख्याल करे हिनी मुखी होई शान मदी गर्मी दी इन कम से न भय लख चावे जी भाई जी भाई जी मेरा भी रोने ही भी मुखी हो ईशा मदी गर्मी दी इन कम से न भय ना जखम दुखे ना अल्लाह ला सन दे इको हौसले ना लसमा बाजार च पत्था झले दी रही इंदे सर ते हाथ नाला में है प्यो पुत्र नुहे मजबूर हसे इंदिया करिया पला हर भाई हौसला भाई सब तो पहले मदीने वाला मोहम्मद आए उस वेले रोकिया दी ओ वेला नहीं भुलदा जागी रही मैं दियो मैं कुछ मेरे तबाजे मार रे मैं प्यो दी लाश को हाथ लाया ओ मेरे जख्मी थे रुख सा वडी हयातियां वडी हयातियां वडी हयातियां वडी हयातियां मेरी सैन तुहाडे हंजू कबूल फरमावे।